ਅੰਮ੍ਰਿਤਸਰ ਦੇ ਹਲਕਾ ਬਿਆਸ ਦੇ ਪਿੰਡ ਜੋਧੇ ਵਿੱਚ ਇੱਕ ਕੁਲਵੰਤ ਸਿੰਘ ਨਾਮ ਦੇ NRI ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਕਿ ਉਸਦੇ ਘਰ ਦੇ ਬਾਹਰ 15 ਗੋਲੀਆਂ ਮਾਰ ਕੇ ਉਸਦਾ ਕਤਲ ਕਰ ਦਿੱਤਾ ਗਿਆ। ਕੁਲਵੰਤ ਸਿੰਘ ਕੁਝ ਸਮਾਂ ਪਹਿਲਾਂ ਅਮਰੀਕਾ ਤੋਂ ਆਇਆ ਸੀ ਅਤੇ ਉਹ ਉੱਥੇ ਗ੍ਰੀਨ ਕਾਰਡ ਧਾਰਕ ਸੀ ਤੇ ਜਦੋਂ ਕੱਲ ਉਹ ਆਪਣੇ ਵਿਆਹ ਵਾਸਤੇ ਕੁੜੀ ਵੇਖ ਕੇ ਘਰ ਆਇਆ ਤੇ ਜਦੋਂ ਆਪਣਾ ਘਰ ਦਾ ਦਰਵਾਜ਼ਾ ਬੰਦ ਕਰਨ ਲੱਗਾ ਤਾਂ 3 ਅਣਪਛਾਤੇ ਨੌਜਵਾਨਾਂ ਨੇ ਉਸਨੂੰ ਗੋਲੀਆਂ ਮਾਰ ਦਿੱਤੀਆਂ ਤੇ ਉਸਦਾ ਕਤਲ ਕਰ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਏ। ਘਰ ਵਾਲਿਆਂ ਦੇ ਮੁਤਾਬਕ ਰਾਤ ਨੂੰ ਕੁਝ ਨੌਜਵਾਨ ਉਹਨਾਂ ਦੇ ਘਰ ਆਏ ਸਨ ਅਤੇ ਕੁਲਵੰਤ ਬਾਰੇ ਪੁੱਛ ਰਹੇ ਸਨ ਤੇ ਉਸਦੇ ਘਰ ਵਾਲਿਆਂ ਨੇ ਜਦੋਂ ਉਸਨੂੰ ਅੰਦਰ ਬੁਲਾਇਆ ਤਾਂ ਉਹਨਾਂ ਨੇ ਆਖਿਆ ਕਿ ਉਸਨੂੰ ਕੁਝ ਨਿੱਜੀ ਚੀਜ਼ ਦੇਣੀ ਹੈ ਤੇ ਉਸ ਤੋਂ ਬਾਅਦ ਉਸਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ। ਪਿੰਡ ਵਾਸੀ ਅਤੇ ਘਰ ਵਾਲੇ ਦੇ ਮੁਤਾਬਕ ਉਸਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ, ਪਰ ਇਹ ਕਤਲ ਕਿਵੇਂ ਹੋਇਆ ਇਸ ਮਾਮਲੇ ਦੇ ਵਿੱਚ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਹੈ ਅਤੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਇਸ ਕਤਲ ਤੋਂ ਸਾਰੇ ਲੋਕ ਡਰ ਗਏ ਹਨ ਤੇ ਇਨਸਾਫ ਦੀ ਮੰਗ ਕਰ ਰਹੇ ਹਨ। ਉੱਥੇ ਦੂਜੇ ਪਾਸੇ ਪੁਲਿਸ ਵੱਲੋਂ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਕਤਲ ਦਾ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਕੁੱਲ ਮਿਲਾ ਕੇ ਇਸ ਕਤਲਕਾਂਡ ਨੇ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਛਿੱਕੇ ਟੰਗ ਦਿੱਤਾ ਹੈ ਅਤੇ ਅਪਰਾਧੀ ਬੇਖੌਫ ਹੀ ਗੋਲੀਆਂ ਚਲਾ ਰਹੇ ਨੇ ਤੇ ਪੁਲਿਸ ਕੁਝ ਨਹੀਂ ਕਰ ਸਕੀ। ਭਾਈ ਤੁਹਾਡਾ ਨਾਮ? ਮੇਰਾ ਨਾਮ ਤਰਸੇਮ ਸਿੰਘ ਜੀ ਹੈ, ਮੈਂ ਪਿੰਡ ਗ੍ਰੰਥੀ ਸਿੰਘ ਇੱਥੇ ਦਾ ਜੀ। ਹਾਂਜੀ, ਕੀ ਹੋਇਆ ਜੀ ਰਾਤੀ? ਰਾਤੀ ਜੀ 7:30 ਵਜੇ ਮਤਲਬ ਘੁਮਾਣਾ ਵੱਲੋਂ ਆ ਰਹੇ ਸੀ, ਉਹ ਬੰਦੇ ਕਿਤੇ ਪਹਿਲਾਂ ਵੀ ਆਏ ਆ, ਆਉਣ ਕੇ ਪੁੱਛਦੇ ਤੇ ਇਹਨਾਂ ਨੇ ਆਖਿਆ ਵੀ ਉਹ ਘੁਮਾਣਾ ਨੂੰ ਗਏ ਆ ਅਤੇ ਮਤਲਬ ਵੀ ਆ ਜਾਣਾ ਵਾ, ਕਹਿੰਦੇ ਵੀ ਕਦੋਂ ਕੁ ਤੱਕ ਆ ਜਾਣਾ ਤੁਸੀਂ, ਬੈਠੋ ਚਾਹ ਪਾਣੀ ਛਕੋ, ਆਉਂਦੇ ਨਹੀਂ ਚਾਹ ਪਾਣੀ ਨਹੀਂ ਛਕਣਾ, ਅਸੀਂ ਬਾਅਦ ਵਿੱਚ ਆਉਣ ਕੇ ਅਤੇ ਮਤਲਬ ਛਕਦੇ ਹਾਂ। ਇੱਕ ਉਹਨੇ ਗੱਡੀ ਬਾਹਰ ਲਾਈ, ਕਿਸੇ ਨੇ ਖੜ੍ਹੀ ਸੀ, ਜਦੋਂ ਗੱਡੀ ਅੰਦਰ ਖੜ੍ਹੀ ਕੀਤੀ ਆ ਅਤੇ ਵਿੱਚੋਂ ਨਿਕਲਿਆ ਵਾ, ਉਹਨਾਂ ਬੰਦਿਆਂ ਨੇ ਆਵਾਜ਼ ਮਾਰੀ ਆ ਅਤੇ ਬਾਹਰ ਨੂੰ ਆਇਆ ਵਾ ਅਤੇ ਬਾਹਰ ਨਿਕਲਦਿਆਂ ਸਾਰ ਹੀ ਉਹਨਾਂ ਗੋਲੀਆਂ ਮਾਰ ਦਿੱਤੀਆਂ ਵਾ ਅਤੇ ਆਪ ਮੁੜ ਕੇ ਐ ਨੂੰ ਚੱਲ ਗਏ। 3 ਜਾਣੇ ਸੀ, ਬੁੱਕਲਾਂ ਉਹਨਾਂ ਮਾਰੀਆਂ ਵਾ, ਕਿਉਂਕਿ ਉਹਨਾਂ ਦਾ ਨੰਬਰ ਨਹੀਂ ਚੈੱਕ ਕੀਤਾ ਗਿਆ, ਕੁਛ ਨਹੀਂ ਕੀਤਾ ਗਿਆ ਜੀ। ਸਰ ਕੋਈ ਦੁਸ਼ਮਣੀ ਕਿਸੇ ਨਾਲ? ਕੋਈ ਦੁਸ਼ਮਣੀ ਨਹੀਂ ਜੀ, ਪਿੰਡ ਵਿੱਚ ਸਾਰਾ ਹੀ ਪਿੰਡ ਇਸ ਗੱਲ ਦੀ ਅਸੀਂ ਗਵਾਹੀ ਭਰਦੇ ਹਾਂ, ਕੋਈ ਵੀ ਕਿਸ ਤਰ੍ਹਾਂ ਦੀ ਉਹਨਾਂ ਦੀ ਦੁਸ਼ਮਣੀ ਨਹੀਂ, ਕੋਈ ਵੈਰ ਨਹੀਂ, ਗਰੀਬ ਬੰਦਾ ਸੀ, ਆਪਣੀ ਪੈਲੀ ਪਾ ਕੇ ਫੇਰ ਬਾਹਰ ਗਿਆ ਵਿਚਾਰਾ। ਕਿ ਉੱਥੋਂ ਦਾ ਗ੍ਰੀਨ ਕਾਰਡ ਹੋਲਡਰ ਸੀ? ਹਾਂ, ਗ੍ਰੀਨ ਕਾਰਡ ਹੋਲਡਰ ਸੀ। ਕਿੱਥੋਂ ਦਾ? ਅਮਰੀਕਾ ਜੀ। ਕੀ ਡਿਮਾਂਡ ਕਰਦੇ ਹੋ ਤੁਸੀਂ? ਅਸੀਂ ਡਿਮਾਂਡ ਇਹੋ ਕਰਦੇ ਹਾਂ ਵੀ ਜਿਹੜੇ ਬੰਦੇ ਜਿਨ੍ਹਾਂ ਨੇ ਇਹ ਕੰਮ ਕੀਤਾ ਵਾ ਉਹਨਾਂ 'ਤੇ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਆ ਹੋਣੀ ਚਾਹੀਦੀ ਆ, ਇਹਨੂੰ ਛੁਪਾਇਆ ਨਾ ਜਾਵੇ ਅਤੇ ਸਾਡੀ ਤਾਂ ਇਹੋ ਹੀ ਮੰਗ, ਸਾਰੇ ਪਿੰਡ ਦੀ ਸਾਡੀ ਮੰਗ ਵਾ ਅਤੇ ਅਸੀਂ ਰਾਤੀ ਵੀ ਇੱਥੇ ਬੈਠੇ ਰਹੇ ਹਾਂ ਅਤੇ ਪਰ ਸਾਡੀ ਕੋਈ ਜੋ ਵੀ ਆ ਸਾਡੀ ਸੁਣਵਾਈ ਕੀਤੀ ਜਾਵੇ ਅਤੇ ਸਾਨੂੰ ਉਹ ਜਿਹੜੇ ਬੰਦੇ ਆ ਉਹ ਸਾਹਮਣੇ ਲਿਆਉਣ ਕੇ ਅਤੇ ਮਤਲਬ ਉਹਨਾਂ ਨੂੰ ਪੁੱਛਗਿੱਛ ਕੀਤੀ ਜਾਵੇ, ਉਹਨਾਂ 'ਤੇ ਜੋ ਬਣਦੀ ਕਾਰਵਾਈ ਆ ਉਹ ਕੀਤੀ ਜਾਵੇ। ਅਸੀਂ ਸਾਰਿਆਂ ਦਾ, ਅਫਸਰਾਂ ਦਾ, ਸਾਰਿਆਂ ਦਾ ਇਹੋ ਹੀ ਧੰਨਵਾਦ ਕਰਾਂਗੇ ਵੀ ਉਹ ਸਾਡੀ ਗਰੀਬਾਂ ਦੀ ਸੁਣਨ। ਤੁਹਾਡਾ ਨਾਂ ਜੀ? ਬਲਵਿੰਦਰ ਸਿੰਘ। ਹਾਂ ਬਲਵਿੰਦਰ ਸਿੰਘ ਜੀ, ਕੀ ਕਹਿਣਾ ਚਾਹੁੰਦੇ, ਕੀ ਹੋਇਆ ਰਾਤੀ, ਕੀ ਆ? ਚਾਚੇ ਦੇ ਮੁੰਡੇ ਨੇ ਫੋਨ ਕੀਤਾ ਤੇ ਉਹ ਪੁੱਛਿਆ ਕੰਧੇ ਨੂੰ ਤੇ ਕਹਿੰਦਾ ਵੀ ਬਤਾ ਲਿਓ ਮੇਰਾ ਕੋਈ ਆਉਣਾ ਨੀ, ਚਲੋ ਜੇ ਆ ਗਏ ਤਾਂ ਉਹਨਾਂ ਨੂੰ ਘਰ ਭਾਲ ਲਓ, ਚਾਹ ਪਿਓ, ਮੈਂ ਆ ਜਾਣਾ ਵਾ ਤੇ ਘਰ ਨਹੀਂ ਬੈਠੇ, ਇੱਧਰ ਉੱਧਰ ਵਿਹਲੇ ਰਹੇ ਉਦਾਂ ਸਾਰੇ, ਦੇਖ ਕੇ ਕਹਿੰਦੇ ਵੀ ਅਸੀਂ ਗੋਲ ਗੱਪੇ ਖਾ ਆਈਏ, ਬਰਗਰ ਖਾ ਆਈਏ, ਤੁਹਾਨੂੰ ਕੰਤ ਆ ਜੂਗਾ, ਫਿਰ ਅੱਗੇ ਚੱਲ ਗਏ ਆ। ਫਿਰ ਜੋ ਕੁਲਵੰਤ ਆਇਆ ਉਹਦੇ ਗੱਡੀ ਇਹਨੇ ਨਿਕਾਲੀ ਆਣ ਕੇ, ਉਹ ਗਾਂਹ ਲੰਘ ਗਏ ਅੱਗੇ ਅੱਗੇ ਉਹ ਮੋਟਰਸਾਈਕਲ ਮੋੜਿਆ ਵਾ, ਮੋੜ ਕੇ ਤੇ ਫਿਰ ਜਦੋਂ ਇਹ ਬੂਹਾ ਇੱਕ ਬੰਦ ਕੀਤਾ ਦੂਜਾ ਕਰ ਲੱਗਾ ਵਾ ਤੇ ਉੱਧਰੋਂ ਕਿੰਨੀਆਂ ਗੋਲੀਆਂ ਮਾਰੀਆਂ ਜੀ? ਗੋਲੀਆਂ ਬਹੁਤ ਮਾਰ ਗਏ, 15-16 ਮਾਰ 16 ਮਾਰ ਤੇ ਕਿੱਥੋਂ ਦਾ ਰਹਿਣ ਵਾਲਾ ਸੀ ਕੁਲਵੰਤ?
ਗ੍ਰੀਨ ਕਾਰਡ ਹੋਲਡਰ ਸੀ? ਕਿਹੜਾ ਕਾਰਡ ਸੀ? ਗ੍ਰੀਨ। ਕੀ ਡਿਮਾਂਡ ਕਰਦੇ ਹੋ? ਮੰਗ ਕੀ ਕਰਦੇ ਹੋ? ਪੁਲਿਸ ਕੋਲ ਕੀ ਮੰਗ ਕਰਦੇ? ਬਣ ਦੀ ਕਾਰਵਾਈ ਕੀਤੀ ਜਾਵੇ। ਨਹੀਂ ਤਾਂ ਤੁਹਾਡੀ ਕੀ ਡਿਮਾਂਡ ਹੈ? ਮੰਗ ਕੀ ਹੈ ਤੁਹਾਡੀ? ਕੀ ਹੋਣਾ ਚਾਹੀਦਾ ਉਹਨਾਂ ਨਾਲ? ਕਾਰਵਾਈ ਹੋਣੀ ਚਾਹੀਦੀ ਹੈ ਉਹਨਾਂ ਦੀ, ਫੜਿਆ ਜਾਵੇ, ਫੜੇ ਚੱਲਣ ਸਾਡੀ ਕਾਰਵਾਈ। ਮੇਰਾ ਨਾਮ ਹਰਪ੍ਰੀਤ ਕੌਰ ਆ। ਤਕਰੀਬਨ 7:15 ਉਹ ਪਹਿਲਾਂ ਸਾਡੇ ਕੋਲ ਆਏ ਆ ਅਤੇ ਮੈਨੂੰ ਗੇਟ ਖੜਕਾ ਕੇ ਕਹਿੰਦੇ ਆ ਕਿ ਘਰ ਵੀਰ ਹੈਗਾ ਵਾ, ਅਤੇ ਮੈਂ ਕਿਹਾ ਨਹੀਂ ਉਹ ਨਹੀਂ ਘਰ ਹੈਗੇ, ਉਹ ਸਾਰੇ ਜਾਣੇ ਵਾਂਢੇ ਗਏ ਸੀ ਕਿਤੇ ਰਿਸ਼ਤੇਦਾਰਾਂ ਕੋਲ, ਭੋਗ ਹੀ ਉੱਥੇ ਗਏ ਸੀ ਅਤੇ ਬਾਅਦ 'ਚੋਂ ਕੁੜੀ ਵੇਖਣ ਗਏ ਸੀ, ਅਤੇ ਬਾਅਦ 'ਚੋਂ ਜਦੋਂ ਆਏ ਅਤੇ ਉਹਨਾਂ ਨੇ ਮੈਨੂੰ ਕਿਹਾ ਓਕੇ, ਮੈਂ ਕਿਹਾ ਤੁਸੀਂ ਕਿੱਥੋਂ ਦੇ ਹਾਂ? ਅਤੇ ਆਉਂਦੇ ਸੀ ਬਟਾਲੇ ਦੇ ਹਾਂ, ਅਤੇ ਅਸੀਂ ਮੇਰੀ ਸਿਸਟਰ ਉੱਥੇ ਆ ਅਤੇ ਅਸੀਂ ਸਮਾਨ ਦੇ ਪਹੁੰਚਾਉਣਾ ਉਹਨੂੰ, ਤਾਂ ਕਰਕੇ ਅਸੀਂ ਵੀਰ ਨੂੰ ਸਮਾਨ ਦੇਣ ਹੀ ਆਏ ਹਾਂ। ਅਤੇ ਮੈਂ ਕਿਹਾ ਕਿ ਠੀਕ ਆ, ਅਤੇ ਜਾਂਦੇ ਜਾਂਦੇ ਅਸੀਂ ਆਖਿਆ ਕਿ ਆ ਜਾਓ ਅੰਦਰ ਚਾਹ ਪਾਣੀ ਪੀਓ, ਦੋਨੋਂ ਉਹਨਾਂ ਨੇ ਆ ਜਾਣਾ, ਪਰ ਉਹ ਆਉਂਦੇ ਕਿ ਨਹੀਂ ਅਸੀਂ ਸਮਾਨ ਹੀ ਫੜਾਉਣਾ ਵਾ, ਜਦੋਂ ਵੀਰ ਆਉਣਗੇ ਉਦੋਂ ਹੀ ਆ ਜਾਵਾਂਗੇ। ਅਤੇ ਜਾਂਦੇ ਜਾਂਦੇ ਇਹ ਵੀ ਕਹਿ ਗਏ ਕਿ ਸਮਾਨ ਸਾਡਾ ਪਰਸਨਲੀ ਆ, ਅਸੀਂ ਤਾਂ ਨਹੀਂ ਤੁਹਾਨੂੰ ਫੜਾਇਆ, ਉੱਦਾਂ ਸਾਨੂੰ ਕੋਈ ਪ੍ਰੋਬਲਮ ਨਹੀਂ ਸੀ ਤੁਹਾਨੂੰ ਫੜਾਉਣ 'ਚ। ਬਾਅਦ 'ਚੋਂ ਉਦੋਂ ਚਲ ਗਏ, ਅਤੇ ਤਕਰੀਬਨ ਜਦੋਂ 7:30 ਅਤੇ 35-32 ਦੇ ਵੀਰ ਆਇਆ ਵਾ, ਆ ਕੇ ਉਹਨੇ ਗੱਡੀ ਅੰਦਰ ਡੱਕੀ ਆ, ਬਾਕੀ ਸਾਰੇ ਜਾਣੇ ਅਜੇ ਵਿੱਚ ਹੀ, ਉਹ ਇਕੱਲਾ ਬਾਹਰ ਨਿਕਲਿਆ, ਉਹ ਆਇਆ ਇੱਧਰੋਂ ਗੇਟ ਕਲੋਜ਼ ਕਰਨ, ਅਤੇ ਉੱਧਰੋਂ ਉਹ ਅੱਗੇ ਖਲੋਤੇ ਸੀ, ਉਹਨਾਂ ਨੂੰ ਵੇਖ ਕੇ ਬਾਹਰ ਆਇਆ ਅਤੇ ਉਹਨਾਂ ਨੇ ਗੋਲੀਆਂ 'ਚ ਸ਼ੂਟ ਕਰਨ ਡੈ ਪਏ। ਅਤੇ ਕੀ ਕਿੱਥੋਂ ਰਹਿਣ ਵਾਲਾ ਸੀ ਤੁਹਾਡਾ ਬ੍ਰਦਰ? ਅਮੈਰੀਕਾ ਦਾ। ਗ੍ਰੀਨ ਕਾਰਡ ਕਿਹੜਾ ਕਾਰਡ ਸੀਗਾ ਉਹਦੇ ਕੋਲ? ਗ੍ਰੀਨ ਕਾਰਡ ਹੋਲਡਰ ਹੈਗਾ ਸੀ ਅਮੈਰੀਕਾ 'ਚ। ਗ੍ਰੀਨ ਕਾਰਡ, ਹਾਂਜੀ, PR ਆ ਉੱਧਰ। ਕੀ ਡਿਮਾਂਡ ਕਰਦੇ ਹੋ? ਡਿਮਾਂਡ ਇਹ ਆ ਕਿ ਜਿਹੜੇ ਵੀ ਦੋਸ਼ੀ ਆ ਉਹਨਾਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ, ਅਤੇ ਉਹਨਾਂ ਨੂੰ ਪਹਿਲਾਂ ਇਹ ਪੁੱਛਿਆ ਜਾਵੇ ਕਿ ਉਹਨਾਂ ਨੇ ਕਿਉਂ ਘਟਨਾ ਇਹ ਕੀਤੀ, ਉਹਦਾ ਉਹ ਕੀ ਉਹਨੇ ਉਹਦਾ ਉਹਨਾਂ ਦਾ ਕੀ ਮਾੜਾ ਕੀਤਾ ਸੀ, ਚਾਹੇ ਉਹ ਕੀ ਚਾਹੁੰਦੇ ਕੀ ਸੀ ਸਾਡੇ ਤੋਂ। ਹਾਂਜੀ, ਇਹੋ ਅਸੀਂ ਪੁੱਛਣਾ ਚਾਹੁੰਦੇ ਹਾਂ ਕਿ ਉਹ ਕੀ ਚਾਹੁੰਦੇ ਸੀ, ਉਹਨਾਂ ਨੇ ਕਿਉਂ ਇਹ ਘਟਨਾ ਕੀਤੀ ਆ, ਅਤੇ ਜੇ ਅਤੇ ਜਲਦੀ ਤੋਂ ਜਲਦੀ ਬਸ ਪਤਾ ਕੀਤਾ ਜਾਵੇ ਅਤੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ। ਅਮੈਰੀਕਾ 'ਚ ਉਹਦਾ ਖੁਦ ਦੀ ਟਰਾਂਸਪੋਰਟ ਆ ਅਤੇ ਟਰਾਲਾ ਚਲੂ। ਚਲੋ ਜੀ, ਕੀ ਮਾਮਲਾ ਜੀ? ਥੱਲੇ ਗਰਮ ਆ ਰਹੀ ਹੈ ਇਹਨਾਂ ਜੀ। ਕੱਲ੍ਹ ਕਰੀਬ 7:30 ਦੀ ਗੱਲ ਆ, ਪਿੰਡ ਜੋਧੇ ਦਾ ਕੁਲਵੰਤ ਸਿੰਘ, ਸਨ ਆਫ ਬਲਵਿੰਦਰ ਸਿੰਘ ਜੀ, ਇਹ ਆਪਣੇ ਕਿਤੇ ਫੰਕਸ਼ਨ ਅਟੈਂਡ ਕਰਕੇ ਵਾਪਸ ਘਰ ਆਇਆ ਸੀ, ਅਤੇ ਕੋਈ 3 ਅਣਪਛਾਤੇ ਨੌਜਵਾਨ ਸੀ ਜਿਨ੍ਹਾਂ ਨੇ ਉਹਨਾਂ ਨੂੰ ਸ਼ੂਟ ਕਰਕੇ ਮਤਲਬ ਖਤਮ ਕਰ ਦਿੱਤਾ। ਕਿੰਨੀ ਉਮਰ ਹੋਈ ਉਹ? ਕਰੀਬ ਇਹ ਤਾਂ ਮੈਡੀਕਲ ਰਿਪੋਰਟ 'ਤੇ ਪਤਾ ਲੱਗੇਗਾ ਵੀ ਕੀ, ਬਾਕੀ ਫਿਰ ਵੀ ਕਾਫੀ ਨਿਸ਼ਾਨ ਸੀ ਉਹਦੇ ਸਰੀਰ 'ਤੇ ਮਤਲਬ। ਅਤੇ ਸਰ ਕੋਈ ਆਪਣਾ ਕੋਈ ਬੰਦੇ ਆਈਡੈਂਟੀਫਾਈਡ ਹੋਏ ਨੇ? ਨਹੀਂ, ਅਜੇ ਅਨਨੋਨ ਆ, ਅਜੇ ਵੈਰੀਫਾਈ ਚੱਲ ਰਹੀ ਇਨਵੈਸਟੀਗੇਸ਼ਨ, ਉਹ 'ਚ ਬਾਕੀ ਕਲੀਅਰ ਹੋ ਜਾਏਗਾ ਬਾਅਦ 'ਚ। ਬਾਰੇ NRI ਸੀ ਮੁੰਡਾ? ਜੀ NRI ਸੀ, ਬਾਹਰੋਂ ਆਇਆ ਸੀ, ਅਮੈਰੀਕਾ ਤੋਂ ਆਇਆ ਸੀ। ਸਰ ਕੋਈ ਦੁਸ਼ਮਣੀ ਕਿਸੇ ਨਾਲ? ਅਜੇ ਇਹ ਤਾਂ ਵੇਖੋ ਜੀ ਚੱਲ ਰਹੀ ਇਨਵੈਸਟੀਗੇਸ਼ਨ ਬਾਅਦ 'ਚ ਪਤਾ। ਕਾਰਵਾਈ ਕੀ ਹੋਈ? ਇਹ ਪਰਚਾ ਰਜਿਸਟਰਡ ਹੋ ਗਿਆ ਜੀ, 302-34-25-27-44 ਨਾਲ ਦਾ ਪਰਚਾ ਦਰਜ ਹੋ ਗਿਆ ਜੀ। ਠੀਕ ਹੈ। ਬਲਾ ਨਿਊਜ਼ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ।